ਫ੍ਰੀ ਇਲਾਜ ਕਰਤਾ ਯਾਰ, ਕਿੱਥੇ ਵਿਚਾਰੀ ਮਾਂ ਹਫ਼ਤੇ ਤੋਂ ਤੜਪ ਰਹੀ ਸੀ, 2500 ਰੁਪਇਆ ਮੰਗਿਆ ਸੀ ਡਾਕਟਰ ਨੇ। ਸਰ ਗੁੱਡ ਈਵਨਿੰਗ ਜੀ। ਹਾਂਜੀ ਹਾਂਜੀ ਭਾਈ, ਕੀ ਹਾਲ ਹੈ? ਬਹੁਤ ਵਧੀਆ ਸਰ, ਕੈਸੇ ਹੋ ਜੀ? ਮੈਂ ਨਾ ਹਮੇਸ਼ਾ ਕੋਸ਼ਿਸ਼ ਕਰਦਾ ਕਿ ਨਾ ਚਲੋ ਅਸੀਂ ਮਤਲਬ ਚੰਗੀ ਸਾਈਡ ਵੀ ਦਿਖਾਉਂਦੇ ਹਾਂ ਸਮਾਜ ਦੇ ਵਿੱਚ, ਜੇ ਕਿਤੇ ਕੋਈ ਡਾਕਟਰਸ ਗਲਤ ਵੀ ਕਰਦੇ ਨੇ ਉਹ ਵੀ ਦਿਖਾਉਂਦੇ ਹਾਂ, ਪਰ ਤੁਹਾਡੇ ਵਰਗੇ ਡਾਕਟਰਸ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਨੇ ਕਿ ਯਾਰ ਸਮਾਜ 'ਚ ਸੱਚੀ ਉਹ ਰੱਬ ਦਾ ਰੂਪ ਹੈਗੇ ਨੇ। ਬੜੀ ਦਿਲੋਂ ਖੁਸ਼ੀ ਹੁੰਦੀ ਯਾਰ ਭਾਜੀ। ਛੋਟੇ ਭਰਾ ਤੁਹਾਡੇ ਸਾਡੇ ਲਾਇਕ ਤਾਂ ਸੇਵਾ ਲਾਇਆ ਕਰੋ। ਨਹੀਂ ਨਹੀਂ, ਥੈਂਕ ਯੂ ਸੋ ਮਚ ਭਾਜੀ, ਮੈਂ ਮਿਲਣ ਆਊਂਗਾ ਤੁਹਾਨੂੰ ਜਲਦੀ। ਮੋਸਟ ਵੈਲਕਮ। ਥੈਂਕ ਯੂ ਸਰਕਾਰ, ਥੈਂਕ ਯੂ। ਮੈਂ ਯਾਰ ਸਮਾਜ ਦੇ ਵਿੱਚ ਨਾ ਹਮੇਸ਼ਾ ਸਾਰਿਆਂ ਨੂੰ ਟਾਰਗੇਟ ਨਹੀਂ ਕਰਦਾ, ਹੱਥਾਂ ਦੀ ਪੰਜੋਂ ਉਂਗਲੀਆਂ ਬਰਾਬਰ ਨਹੀਂ। ਹੁਣ ਇੱਕ ਆਹ ਵੀ ਡਾਕਟਰ ਹੈ, ਡਾਕਟਰ ਉਮੇਰ, ਇਹ ਨਾ ਬੱਚੀ ਦੀ ਵਿਚਾਰੀ ਦੀ ਬਾਂਹ ਟੁੱਟ ਗਈ ਅੱਜ ਤੋਂ ਹਫ਼ਤਾ ਪਹਿਲਾਂ। ਤੁਸੀਂ ਦੇਖੋ, ਹਫ਼ਤਾ ਪਹਿਲਾਂ ਬਾਂਹ ਟੁੱਟ ਗਈ, ਅਤੇ ਆਹ ਮੇਰੇ ਕੋਲ ਪੇਸ਼ੈਂਟ ਆਇਆ ਸੀਗਾ ਹਫ਼ਤਾ ਪਹਿਲਾਂ, ਮੈਂ ਵੀਡੀਓ ਦਿਖਾਉਂਦਾ ਤੁਹਾਨੂੰ ਸੋਸ਼ਲ ਮੀਡੀਆ 'ਤੇ। ਪਹਿਲੀ ਗੱਲ ਤਾਂ ਚਲੋ ਸਾਡਾ ਬੇੜਾ ਗਰਕ ਗਿਆ ਪਿਆ ਸਰਕਾਰੀ ਸਿਸਟਮ ਦਾ, ਇਹ ਵਿਚਾਰੇ ਸਿਵਲ ਹੋਸਪਿਟਲ ਗਏ, ਉੱਥੇ ਧੱਕੇ ਧੁੱਕੇ ਖਾ ਕੇ ਆ ਗਏ, ਇਹਦਾ ਇਲਾਜ ਨਹੀਂ ਹੋਇਆ। ਫਿਰ ਵਿਚਾਰੀ ਮਾਂ ਲੈ ਕੇ ਗਈ ਪ੍ਰਾਈਵੇਟ ਹੋਸਪਿਟਲ, ਉਹਨਾਂ ਨੇ 2500 ਰੁਪਇਆ ਮੰਗ ਲਿਆ, ਇਹਨਾਂ ਕੋਲ 2500 ਰੁਪਇਆ ਨਹੀਂ ਸੀ ਇਲਾਜ ਕਰਾਉਣ ਜੋਗਾ। ਆਹ ਵੀਡੀਓ ਮੈਂ ਪਾਈ ਸੀ, ਆਹ ਦੇਖੋ। ਔਰ ਅੱਜ ਅਸੀਂ ਇਹਨਾਂ ਨੂੰ ਡਾਕਟਰ ਉਮੇਰ ਨੇ ਡਾਕਟਰ ਬਾਲੀ ਹੋਸਪਿਟਲ ਬੱਸ ਸਟੈਂਡ ਦੇ ਕੋਲ, ਯਾਰ ਉਹ ਡਾਕਟਰ ਸਾਹਿਬ ਨੇ ਪੈਸੇ ਹੀ ਨਹੀਂ ਲਿੱਤੇ ਯਾਰ, ਕਹਿੰਦੇ ਨਹੀਂ ਅਨਮੋਲ ਦਾ ਫੋਨ ਆ ਗਿਆ ਯਾਰ, ਮੈਂ ਕਹਿੰਦੇ ਮੇਰੀ ਤਾਂ ਪੱਟੀਆਂ ਹੀ ਲੱਗੀਆਂ ਅਤੇ ਪਲਸਤਰ ਕੀਤਾ, ਅਤੇ ਆਪਸੇ ਪੈਸਾ ਤਾਂ ਨਹੀਂ ਲਿਆ ਕੋਈ ਡਾਕਟਰ ਨੇ, ਔਰ ਇਹ ਕਬ ਸੇ ਟੁੱਟੀ ਹੋਈ ਬਾਜੂ ਇਸਕੀ? ਕੰਜਕ ਵਾਲੇ ਦਿਨ, ਕੰਜਕਾਂ ਵਾਲੇ ਦਿਨ। ਅੱਛਾ, ਅਬ ਆਪਕਾ ਹੋ ਗਿਆ ਸਾਰਾ ਇਲਾਜ, ਦਵਾਈ ਫ੍ਰੀ ਮੈਂ ਮਿਲ ਗਿਆ, ਕਿਆ ਬਾਤ ਆ। ਉਸ ਡਾਕਟਰ ਕੋ ਦੁਆ ਦੇਣਾ। ਦੇਖੋ, ਸਮਾਜ 'ਚ ਚੰਗੇ ਡਾਕਟਰਸ ਵੀ ਹੈਗੇ ਨੇ, ਔਰ ਚੰਗੇ ਇੰਨੇ ਕੁ ਨੇ, ਬਸ ਥੋੜ੍ਹੀ ਦਿੱਕਤ ਪਤਾ ਕੀ ਹੈ, ਹੁਣ ਜੇ ਮੈਂ ਇਹ ਡਾਕਟਰ ਸਾਹਿਬ ਨੂੰ ਕਹਿ ਤਾਂ ਮੇਰੇ ਨਾਲ ਪੋਡਕਾਸਟ ਕਰ ਲਓ, ਉਹਨਾਂ ਨੇ ਕਰਨਾ ਨਹੀਂ। ਇੱਕ ਵਾਰੀ ਕੀ ਹੋਇਆ, ਜਿੱਦਾਂ ਹੁਣ ਸਾਡੀ ਆ NGO ਦੀ ਲੋਕੇਸ਼ਨ ਹੈ, ਬੜੇ ਤਰ੍ਹਾਂ ਦੇ ਕੇਸ ਆਉਂਦੇ ਆ, ਗੌਰਮੈਂਟ ਦੇ ਸਕੈਮਸ ਵੀ ਆਉਂਦੇ ਆ, ਲੋਕਾਂ ਦੀ ਵੀ ਚਲੋ ਕੁਛ ਕਮੀਆਂ ਨੇ। ਮੈਂ ਨਾ ਉਹ ਜਿਹੜਾ ਇੱਕ ਗਲੀ ਦੇ ਵਿੱਚ ਉੱਦਾਂ ਦਾ ਗਵਾਂਢੀ ਨਹੀਂ ਹੁੰਦਾ ਜਿਹੜਾ ਵਿਚਾਰਾ ਚਾਹੁੰਦਾ ਹੈ ਕਿ ਕਦੀ ਕਿਸੇ ਦੀ ਲੜਾਈ ਨਾ ਹੋਵੇ, ਵਿਚਾਰਾ ਫੈਸਲੇ ਵੱਲ ਹੀ ਤੁਰਿਆ ਰਹਿੰਦਾ, ਅਸੀਂ ਉਹ ਗਵਾਂਢੀ ਹਾਂ। ਕਿਉਂਕਿ ਮੈਂ ਕੋਈ ਓਪੋਜੀਸ਼ਨ ਤਾਂ ਹੈ ਨਹੀਂ ਸਰਕਾਰ ਦੀ ਕਿ ਮੈਂ ਕੋਈ ਓਪੋਜੀਸ਼ਨ 'ਚ ਹਾਂ ਅਤੇ ਮੈਂ ਕਿਸੇ ਸਰਕਾਰੀ ਪਾਰਟੀ ਨੂੰ ਭੰਡਣਾ, ਨਾ। ਸਾਨੂੰ ਤਾਂ 10 ਸਾਲ ਹੋ ਗਏ ਯਾਰ, 10 ਸਾਲ ਦੇ ਵਿੱਚ 3 ਸਰਕਾਰਾਂ ਬਦਲ ਗਈਆਂ। ਪਹਿਲੀ ਸਰਕਾਰ ਸੀ ਕੈਪਟਨ ਸਾਹਿਬ ਦੀ, ਦੂਜੀ ਚੰਨੀ ਸਾਹਿਬ ਦੀ, ਤੀਜੀ ਸਾਡੇ ਭਗਵੰਤ ਮਾਨ ਸਾਹਿਬ ਦੀ। 3 ਸਰਕਾਰਾਂ ਦੇ ਵਿੱਚ ਅੱਜ ਤੱਕ ਮੈਂ ਕਿਸੇ ਦਾ ਨਾਮ ਲੈ ਕੇ ਕਿਸੇ ਪਾਰਟੀ ਨੂੰ ਟਾਰਗੇਟ ਨਹੀਂ ਕੀਤਾ, ਹਮੇਸ਼ਾ ਮੈਂ ਸ਼ਬਦ ਯੂਜ਼ ਕੀਤਾ ਸਿਸਟਮ। ਕਿਉਂ? ਕਿਉਂਕਿ ਪਾਰਟੀ ਕੋਈ ਮਾੜੀ ਨਹੀਂ ਹੁੰਦੀ, ਸਿਸਟਮ ਮਾੜਾ ਹੁੰਦਾ। ਇਸ ਸਿਸਟਮ ਨੂੰ ਠੀਕ ਕਿੰਨੇ ਕਰਨਾ? ਪੋਲੀਟੀਕਲ ਪਾਰਟੀਜ਼ ਨੇ। ਤਾਂ ਮੈਂ ਇੰਨੇ ਸਾਲਾਂ ਤੋਂ ਰੌਲਾ ਪਾਉਂਦਾ ਆ ਰਿਹਾ, ਸਾਡੀ ਟੀਮ, ਮੈਂ ਧੰਨ ਹਾਂ। ਚਲੋ, ਮੈਂ ਬੋਲਦਾ ਇਕੱਲਾ ਵਾਂ, ਪਰ ਅੱਜ ਮੈਂ ਜੋ ਕੁਛ ਵੀ ਹਾਂ ਸਾਰਾ ਆਪਣੀ ਟੀਮ ਕਰਕੇ ਹਾਂ, ਕਿਉਂਕਿ ਇਹ ਕਰ ਰਹੇ ਨੇ ਗਰਾਊਂਡ ਲੈਵਲ 'ਤੇ। ਹੁਣ ਆ ਛੋਟੀ ਜਿਹੀ ਇਗਜ਼ਾਮਪਲ ਦੇਖਣ ਵਾਲੀ ਹੈ ਕਿ ਜਿਹੜੇ ਚੰਗੇ ਡਾਕਟਰ ਸਾਡੇ ਨਾਲ ਜੁੜੇ ਨੇ, ਜੇ ਮੈਂ ਉਹਨਾਂ ਨੂੰ ਕਹਿ ਦਾਂ ਕਿ ਮੈਂ ਤੁਹਾਡੀ ਵੀਡੀਓ ਪਾਉਣਾ ਚਾਹੁੰਦਾ, ਮੈਂ ਤਾਰੀਫ ਕਰਨਾ ਚਾਹੁੰਦਾ, ਕਦੀ ਨਹੀਂ ਪਾਉਣਗੇ, ਕਿਉਂਕਿ ਜਿਹੜੀ ਡਾਕਟਰ ਦੀ ਐਸੋਸੀਏਸ਼ਨ ਹੈ ਉਹਨਾਂ ਨੇ ਉਹਨੂੰ ਕੱਢ ਦੇਣਾ ਵਿੱਚੋਂ। ਹੁਣ ਜਿਵੇਂ ਆ ਡਾਕਟਰ ਉਮੇਰ ਨੇ ਇਹਨਾਂ ਦਾ ਇਲਾਜ ਕਰਤਾ 500-700 ਰੁਪਏ 'ਚ, ਪਰ ਉਹ ਪਬਲਿਕਲੀ ਨਹੀਂ ਕਹਿ ਸਕਦੇ ਕਿ 500-700 ਰੁਪਏ ਦਾ ਮੈਂ ਇਲਾਜ ਕਰਤਾ, ਕਿਉਂਕਿ ਜਿਹੜੇ ਰੇਟ ਤੈਅ ਨੇ ਨਾ ਡਾਕਟਰਸ ਵੱਲੋਂ, ਉਹ ਜਿਹੜੇ ਰੇਟ ਤੈਅ ਨੇ ਉਹ ਸਿਰਫ ਪੂਰੀ ਐਸੋਸੀਏਸ਼ਨ 'ਚ ਅਲਾਊਡ ਹੀ ਨਹੀਂ ਹੁੰਦਾ ਕਿ ਇਸ ਤੋਂ ਘੱਟ ਪੈਸਿਆਂ 'ਤੇ ਤੁਸੀਂ ਇਲਾਜ ਕਰੋ।
ਤਾਂ ਚੰਗੇ ਡਾਕਟਰ ਵੀ ਸਮਾਜ ਦੇ ਵਿੱਚ ਹੈਗੇ ਨੇ ਔਰ ਉਹਨਾਂ ਨੂੰ ਮੇਰੀ ਹਮੇਸ਼ਾ ਸਲਾਮ ਰਹੂਗੀ। ਸਲਾਮ ਹੈ ਡਾਕਟਰ ਸਾਹਿਬ ਨੂੰ ਕਿ ਇਹ ਬੱਚੀ ਦਾ ਫਰੀ ਇਲਾਜ ਕਰਤਾ ਯਾਰ। ਕਿੱਥੇ ਵਿਚਾਰੀ ਮਾਂ ਹਫ਼ਤੇ ਤੋਂ ਤੜਪ ਰਹੀ ਸੀ, 2500 ਰੁਪਇਆ ਮੰਗਿਆ ਸੀ ਡਾਕਟਰ ਨੇ, ਔਰ ਡਾਕਟਰ ਸਾਹਿਬ ਨੇ ਸਾਡੀ ਇੱਕ ਰਿਕੁਐਸਟ 'ਤੇ 500-700 ਰੁਪਏ ਦਾ ਇਲਾਜ ਸੀ ਉਹ ਫਰੀ ਕਰਾਤਾ। ਦੁਆਵਾਂ ਮੰਗਿਓ ਤੁਸੀਂ ਪਰਿਵਾਰ ਲਈ।